ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੂੰ ਤੁਸੀਂ ਸਭ ਨੇ ਬੇਹੱਦ ਜ਼ਿਆਦਾ ਪਿਆਰ ਦਿੱਤਾ ਫਿਲਮ ਕਲੀ ਜੋਟਾ ਦੇ ਵਿੱਚ ਤੇ ਹੁਣ ਕਰ ਲੋ ਮੁੜ ਕੇ ਤਿਆਰੀਆਂ ਕਿਉਂਕਿ ਇਹ ਜੋੜੀ ਸ਼ਾਇਰ ਫਿਲਮ ਦੇ ਰਾਹੀ 19 April ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਆ ਰਹੀ ਹੈ ਔਰ ਡਿਫੀਨਿਟਲੀ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰਨ ਆ ਰਹੀ ਹੈਗੀ ਅ ਇਸ ਫਿਲਮ ਦੀ ਜਿੱਦਾਂ ਹੀ ਅਨਾਉਂਸਮੈਂਟ ਹੋਈ ਸੀ ਸਭ ਦੀ ਕਿਰੀਓਸਿਟੀ ਫਿਲਮ ਦੇਖਣ ਦੇ ਲਈ ਵਧ ਗਈ ਸੀ ਤੇ ਹੁਣ ਫਾਈਨਲੀ ਰਿਲੀਜ਼ ਡੇਟ ਬਹੁਤ ਜ਼ਿਆਦਾ ਨੇੜੇ ਆ ਰਹੀ ਹੈਗੀ ਤੇ ਜਿਵੇਂ ਜਿਵੇਂ ਰਿਲੀਜ਼ ਡੇਟ ਨੇੜੇ ਆ ਰਹੀ ਹੈ ਓਵੇਂ ਓਵੇਂ ਮੇਕਰਜ਼ ਵੱਲੋਂ ਇਸ ਫਿਲਮ ਦੀਆਂ ਕੁਝ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਨੇ ਜੀ ਹਾਂ ਕੁਝ ਦਿਨ ਪਹਿਲਾਂ ਤੁਸੀਂ ਇਸ ਫਿਲਮ ਦੇ ਗੀਤ ਮਹਿਬੂਬ ਜੀ ਨੂੰ ਬੇਹਤ ਜ਼ਿਆਦਾ ਪਿਆਰ ਦਿੱਤਾ ਪਸੰਦ ਕੀਤਾ ਸੋਸ਼ਲ ਮੀਡੀਆ ਦੇ ਉੱਪਰ ਇਸ ਫਿਲਮ ਦਾ ਮਹਿਬੂਬ ਜੀ ਗੀਤ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਜਿਸ ਦੇ ਉੱਪਰ ਫੈਨਸ ਨੇ ਕਾਫੀ ਜ਼ਿਆਦਾ ਪੋਜ਼ਿਟਿਵ ਕਮੈਂਟਸ ਦਿੱਤੇ ਤੇ ਹੁਣ ਤੁਸੀਂ ਕਰ ਲੋ ਤਿਆਰੀਆਂ ਕਿਉਂਕਿ ਨੀਰੂ ਬਾਜਵਾ ਨੇ ਅੱਜ ਫੈਨਸ ਦੇ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ ਸ਼ਾਇਦ ਫਿਲਮ ਦਾ ਟੀਜ਼ਰ ਕੱਲ ਨੂੰ ਫੈਨਸ ਦੇ ਨਾਲ ਸਾਂਝਾ ਕਰ ਦਿੱਤਾ ਜਾਏਗਾ ਜਿਸ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਆਈਡੀਆ ਜ਼ਰੂਰ ਮਿਲੇਗਾ ਕਿ ਇਸ ਫਿਲਮ ਦੇ ਵਿੱਚ ਕੀ ਹੋਣ ਵਾਲਾ ਹੈ ਖਾਸ ਵੈਲ ਨੀਰੂ ਬਾਜਵਾ ਨੇ ਇੱਕ ਪੋਸਟਰ ਅੱਜ ਸਾਂਝਾ ਕੀਤਾ ਹੈ ਜਿਸ ਦੇ ਰਾਹੀਂ ਉਹਨਾਂ ਨੇ ਫੈਨਸ ਨੂੰ ਦੱਸਿਆ ਕਿ ਸ਼ਾਇਦ ਦਾ ਟੀਜ਼ਰ ਕੱਲ ਆਏਗਾ ਉਸ ਤੇ ਹੀ ਤੁਸੀਂ ਪੋਸਟਰ ਦੇ ਵਿੱਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਲੁੱਕ ਦੇਖ ਸਕਦੇ ਹੋ ਦੋਨੋਂ ਬਲੈਕ ਅਟਾਇਰ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਦੋਨਾਂ ਨੂੰ ਸਾਈਕਲ ਦੇ ਉੱਪਰ ਬੈਠਿਆਂ ਤੁਸੀਂ ਦੇਖ ਸਕਦੇ ਹੋ ਨੀਰੂ ਬਾਜਵਾ ਦੇ ਗਲੇ ਦੇ ਵਿੱਚ ਇੱਕ ਤਾਵੀਜ਼ ਪਾਇਆ ਹੋਇਆ ਹੈ ਜਿਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਨੀਰੂ ਬਾਜਵਾ ਦਾ ਇਸ ਫਿਲਮ ਦੇ ਵਿੱਚ ਮੁਹੰਮਦਨ ਗਰਲ ਦਾ ਕਿਰਦਾਰ ਹੋਣ ਵਾਲਾ ਹੈ ਵੈਲ ਅੱਗੇ ਕੀ ਸਸਪੈਂਸ ਹੁੰਦਾ ਹੈ ਇਸ ਲਵ ਕੈਮਿਸਟਰੀ ਦੇ ਵਿੱਚ ਕਿਹੜੀ ਮੁਸ਼ਕਿਲਾਂ ਆਉਣੀਆਂ ਨੇ ਔਰ ਕਿਹੜਾ ਸੁਨਿਆ ਐ ਫਿਲਮ ਦੇਣ ਜਾ ਰਹੀ ਐ ਉਹਦੇ ਲਈ ਫਿਰ ਤੁਹਾਨੂੰ 19 ਅਪ੍ਰੈਲ ਦਾ ਇੰਤਜ਼ਾਰ ਕਰਨਾ ਪੈਣਾ ਕਿਉਂਕਿ ਸਿਨੇਮਾ ਕਰਨ ਦੇ ਵਿੱਚ ਵਰਲਡ ਵਾਈਡ ਇਹ ਫਿਲਮ 19 ਅਪ੍ਰੈਲ ਨੂੰ ਦੇਖਣ ਨੂੰ ਮਿਲੇਗੀ ਵੈਲ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੂੰ ਡਾਇਰੈਕਟ ਕੀਤਾ ਐ ਉਹਦੇ ਪ੍ਰਤਾਪ ਸਿੰਘ ਨੇ ਤੇ ਇਸ ਦੀ ਕਹਾਣੀ ਲਿਖੀ ਐ ਜਗਦੀਪ ਸਿੰਘ ਵੜਿੰਗ ਨੇ ਜਗਦੀਪ ਸਿੰਘ ਵੜਿੰਗ ਦੇ ਨਾਲ ਨਿਰੂ ਬਾਜਵਤ ਦੀ ਹਮੇਸ਼ਾ ਬੌਂਡਿੰਗ ਬਹੁਤ ਖੂਬਸੂਰਤ ਨਜ਼ਰ ਆਈ ਐ ਔਰ ਜਿਹੜੀ ਜਿਹੜੀਆਂ ਫਿਲਮਾਂ ਦੋਨਾਂ ਨੇ ਇਕੱਠੀਆਂ ਕੀਤੀਆਂ ਨੇ ਉਹ ਫਿਲਮ ਥੀਏਟਰ ਦੇ ਉੱਪਰ ਬਹੁਤ ਵਧੀਆ ਕੰਮ ਕਰਕੇ ਗਈ ਐ ਵੈਲ ਇਸ ਫਿਲ ਨਾਲ ਤੁਸੀਂ ਦੇਖੋਗੇ ਯੋਗਰਾਜ ਸਿੰਘ ਕੇਵਲ ਧਾਰੀਵਾਲ ਬੰਟੀ ਬੈਂਸ ਦੇਵੀ ਮਖਸੂਸਪੂਰੀ ਸੁਖੀ ਚਾਲ ਮਲਕੀਤ ਰੌਣੀ ਰੁਪਿੰਦਰ ਰੂਪੀਨ ਵੈਲ ਵੀ ਆਰ ਵੈਰੀ ਐਕਸਾਈਟਡ ਟੂ ਵਾਚ ਦੇਵੀ ਮਖਸੂਸਪੂਰੀ ਕਿਉਂਕਿ ਉਹਨਾਂ ਦੀ ਅਦਾਕਾਰੀ ਬੇਹੱਦ ਜ਼ਿਆਦਾ ਦਿਲ ਜੇਤ ਲੂਗੀ ਸਭ ਦਾ ਜਿੱਥੇ ਦੇਵੀ ਦੀ ਇਸ ਫਿਲਮ ਦੇ ਵਿੱਚ ਅਦਾਕਾਰੀ ਦੇਖਣ ਨੂੰ ਮਿਲੇਗੀ ਅਸੀਂ ਤੇ ਬੇਤਾਬ ਹਾਂ ਕਿ ਦੇਵੀ ਦੀ ਕਲਮ ਦਾ ਵੀ ਜਾਦੂ ਥੋੜਾ ਜਾਇ ਇਸ ਫਿਲਮ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਹਾਂ ਕਿਉਂਕਿ ਦੇਵੀ ਮਖਸੂਸਪੂਰੀ ਦੀ ਕਲਮ ਨੂੰ ਸਭ ਨੇ ਹਮੇਸ਼ਾ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਫਿਲਮ ਦੇ ਵਿੱਚ ਜਿਹੜੇ ਗੀਤ ਹੋਣਗੇ ਉਹਨਾਂ ਨੂੰ 뮤직 ਦੇਣਗੇ ਬੀਟ ਮਨਿਸਟਰ ਤੇ ਗੈਗ ਸਟੂਡੀਓਜ਼ ਦੇ ਨਾਲ ਗੁਰਪ੍ਰੀਤ ਸਿੰਘ ਵੈ ਤੁਸੀਂ ਕਿੰਨੇ ਐਕਸਾਈਟਿਡ ਹੈਗੇ ਹੋ ਇਸ ਫਿਲਮ ਨੂੰ ਦੇਖਣ ਦੇ ਲਈ ਸਾਨੂੰ ਕਮੈਂਟ ਸੈਕਸ਼ਨਸ ਦੇ ਵਿੱਚ ਜ਼ਰੂਰ ਦੱਸਣਾ ਔਰ ਜਿਨ੍ਹਾਂ ਨੇ ਹਜੇ ਤੱਕ ਮਹਿਬੂਬ ਜੀ ਗਾਣਾ ਨਹੀਂ ਸੁਣਿਆ ਤੁਸੀਂ ਉਹ ਵੀ ਸੁਣੋ ਉਹ ਵੀ ਤੁਹਾਡੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਦੇਣ ਵਾਲਾ ਹੈ ਤੇ ਵੈ ਕੱਲ ਨੂੰ ਟੀਜ਼ਰ ਦੇਖਣਾ ਨਾ ਪੁੱਲ ਨਾ ਬੇਹੱਜਲਦ ਮੇਕਰਸ ਵੱਲੋਂ ਟ੍ਰੇਲਰ ਰਿਲੀਜ਼ ਕਰ ਦਿੱਤਾ ਜਾਏਗਾ ਔਰ ਇਹ ਫਿਲਮ ਬਹੁਤ ਜ਼ਿਆਦਾ ਖੂਬਸੂਰਤ ਹੋਣ ਵਾਲੀ ਹੈ ਕਿਉਂਕਿ ਸਤਿੰਦਰ ਸਿਰਤਾਜ ਤੇ ਨੀਰੂ ਬਾਜਵਾ ਦੀ ਜੋੜੀ ਨੂੰ ਤੁਸੀਂ ਸਭ ਨੇ ਮੁਰਕੇ ਹਾਜ਼ਰ ਹੋਣੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ